ਸਤਿ ਸ਼੍ਰੀ ਅਕਾਲ ਦੋਸਤੋ, ਤੁਸੀਂ ਵੇਖ ਰਹੇ ਹੋ ਖੇਤੀ ਗਾਈਡ। ਮੇਰਾ ਨਾਮ ਹੈ ਜੀ ਬਲਵਿੰਦਰ ਸਿੰਘ। ਅੱਜ ਦੀ ਇਸ ਵੀਡੀਓ ਵਿੱਚ ਆਪਾਂ ਗੱਲ ਕਰਨ ਜਾ ਰਹੇ ਹਾਂ ਕਨੋਲਾ ਵਰਾਇਟੀ ਦੇ ਬਾਰੇ। ਇਹ ਵਰਾਇਟੀਆਂ ਕੀ ਹੁੰਦੀਆਂ ਹਨ, ਇਸ ਤੋਂ ਸਾਨੂੰ ਕੀ ਫਾਇਦੇ ਮਿਲਦੇ ਹਨ ਅਤੇ ਕਿਹੜੀਆਂ ਵਰਾਇਟੀਆਂ ਨੂੰ ਕਨੋਲਾ ਵਰਾਇਟੀਆਂ ਦੇ ਵਿੱਚ ਗਿਣਿਆ ਜਾਂਦਾ ਹੈ। ਅਤੇ ਦੋਸਤੋ, ਇਸ ਤੋਂ ਇਲਾਵਾ ਤੋਰੀਆ, ਜਿਹਨੂੰ ਅੰਗਰੇਜ਼ੀ ਦੇ ਵਿੱਚ ਰੇਪ ਸੀਡ ਕਿਹਾ ਜਾਂਦਾ ਹੈਗਾ, ਅਤੇ ਰਾਇਆ, ਜਿਸ ਨੂੰ ਮਸਟਰਡ ਕਿਹਾ ਜਾਂਦਾ। ਇਹਨਾਂ ਦਾ ਵਿੱਚ ਆਪਸ ਦੇ ਵਿੱਚ ਕੀ ਫਰਕ ਹੈ, ਕਿਹੜੇ ਪਲਾਂਟ ਰੇਪ ਸੀਡ ਦੇ ਅੰਡਰ ਆਉਂਦੇ ਹਨ ਅਤੇ ਕਿਹੜੇ ਪਲਾਂਟ ਮਸਟਰਡ ਦੇ ਅੰਡਰ ਆਉਂਦੇ ਹਨ, ਇਸ ਨੂੰ ਸੌਖੇ ਤਰੀਕੇ ਨਾਲ ਸਮਝਣ ਦੀ ਅੱਜ ਦੀ ਵੀਡੀਓ ਵਿੱਚ ਕੋਸ਼ਿਸ਼ ਕਰਾਂਗੇ। ਸੋ ਦੋਸਤੋ, ਬਿਨਾਂ ਕਿਸੇ ਦੇਰੀ ਤੋਂ ਵੱਧਦੇ ਹਾਂ ਅੱਜ ਦੀ ਵੀਡੀਓ ਵਿੱਚ। ਸੋ ਦੋਸਤੋ, ਜਿਵੇਂ ਕਿ ਕਾਫੀ ਵੀਰਾਂ ਨੂੰ ਇਸ ਬਾਰੇ ਪਤਾ ਵੀ ਰੇਪ ਸੀਡ ਅਤੇ ਮਸਟਰਡ, ਇਹ ਦੋ ਫਸਲਾਂ, ਦੋ ਪਲਾਂਟ ਨੂੰ ਅਸੀਂ ਤੇਲ ਬੀਜ ਦੀ ਕ੍ਰੋਪ ਲੈਣ ਲਈ ਪੈਦਾ ਕਰਦੇ ਹਾਂ, ਉਗਾਉਂਦੇ ਹਾਂ, ਅਤੇ ਇਹਨਾਂ ਦੇ ਵਿੱਚੋਂ ਕਈ ਪਲਾਂਟ ਨੂੰ ਫੂਡਰ ਦੇ ਲਈ ਵੀ ਵਰਤ ਲਿਆ ਜਾਂਦਾ। ਅਤੇ ਜਿਵੇਂ ਆਪਣੀ ਸਰ੍ਹੋਂ ਹੋ ਗਈ, ਉਸਦੇ ਪੱਤਿਆਂ ਨੂੰ ਸਾਗ ਦੇ ਵਿੱਚ ਵਰਤਿਆ ਜਾਂਦਾ। ਅਤੇ ਦੋਸਤੋ, ਇਸ ਤੋਂ ਅੱਗੇ ਹੁਣ ਆਪਾਂ ਗੱਲ ਕਰੀਏ ਰੇਪ ਸੀਡ ਦੇ ਵਿੱਚ ਕਿਹੜੇ ਪਲਾਂਟ ਆਉਂਦੇ ਹਨ ਅਤੇ ਮਸਟਰਡ ਦੇ ਵਿੱਚ ਕਿਹੜੇ ਪਲਾਂਟ ਆਉਂਦੇ ਹਨ। ਤਾਂ ਦੋਸਤੋ, ਜਿਹੜਾ ਰੇਪ ਸੀਡ ਹੈ, ਇਸ ਦੇ ਵਿੱਚ ਤਿੰਨ ਪਲਾਂਟ ਆਉਂਦੇ ਹਨ, ਉਹਨਾਂ ਦੇ ਨਾਮ ਤੋਰੀਆ, ਗੋਭੀ ਸਰਸੋਂ, ਤਾਰਾਮੀਰਾ। ਅਤੇ ਦੋਸਤੋ, ਉੱਧਰ ਹੀ ਮਸਟਰਡ ਦੇ ਵਿੱਚ ਆਉਂਦੇ ਹਨ ਰਾਇਆ ਅਤੇ ਅਫਰੀਕਨ ਸਰੋਂ। ਦੋਸਤੋ, ਇਹ ਦੋਵੇਂ ਫਸਲਾਂ ਇੱਕੋ ਪਰਿਵਾਰ ਦੀਆਂ ਫਸਲਾਂ ਹਨ। ਇਹਨਾਂ ਦੀ ਜਿਹੜੀ ਫੈਮਿਲੀ ਦਾ ਨਾਮ ਹੈਗਾ, ਉਹ ਹੈਗਾ ਬ੍ਰੈਸੀਕੇਸੀ। ਅਤੇ ਇਹਨਾਂ ਦੇ ਬੋਟੈਨੀਕਲ ਨਾਮ ਦੀ ਗੱਲ ਕਰੀਏ, ਜਿਹੜਾ ਤੋਰੀ ਹੈਗਾ ਉਸਦਾ ਨਾਮ ਹੈਗਾ ਬ੍ਰੈਸੀਕਾ ਕੰਪੈਸਟ੍ਰਿਸ, ਗੋਭੀ ਸਰੋਂ ਦਾ ਨਾਮ ਹੈਗਾ ਬ੍ਰੈਸੀਕਾ ਨੈਪਸ, ਅਤੇ ਤਾਰਾਮੀਰਾ ਦਾ ਨਾਮ ਹੈਗਾ ਯੂਰੋਕਾ ਵੈਸੀਕੇਰੀਆ। ਉੱਥੇ ਮਸਟਰਡ ਦੇ ਵਿੱਚ ਰਾਇਆ ਦਾ ਬੋਟੈਨੀਕਲ ਨੇਮ ਹੈਗਾ ਬ੍ਰੈਸੀਕਾ ਜੰਸੀਆ, ਅਤੇ ਆਪਣੀ ਅਫਰੀਕਨ ਸਰੋਂ ਦਾ ਨਾਮ ਹੈਗਾ ਬ੍ਰੈਸੀਕਾ ਨਾਈਗੇਰਾ। ਦੋਸਤੋ, ਜਿਹੜੀ ਆਪਣੀ ਮਸਟਰਡ ਹੈ, ਇਹ ਪਹਿਲੀ ਵਾਰ ਚਾਈਨਾ ਦੇ ਵਿੱਚ ਉਗਾਈ ਗਈ ਸੀ, ਯਾਨੀ ਕਿ ਇਸਦਾ ਓਰੀਜਨ ਚਾਈਨਾ ਦੇ ਵਿੱਚ ਹੋਇਆਗਾ, ਅਤੇ ਉੱਥੋਂ ਇਹ ਇੰਡੀਆ ਦੇ ਵਿੱਚ ਲਿਆਤੀ ਗਈ ਹੈ, ਉੱਥੋਂ ਇਹ ਇੰਡੀਆ ਦੇ ਵਿੱਚ ਇੰਟਰੋਡਿਊਸ ਕੀਤੀ ਗਈ ਹੈ। ਉੱਥੇ ਜਿਹੜਾ ਰੇਪ ਸੀਡ ਹੈ, ਇਹ ਅਫਗਾਨਿਸਤਾਨ ਦੇ ਵਿੱਚ ਉਗਾਇਆ ਜਾਂਦਾ ਸੀ। ਦੋਸਤੋ, ਇਸ ਤੋਂ ਇਲਾਵਾ ਪਾਕਿਸਤਾਨ ਅਤੇ ਭਾਰਤ ਦੇ ਜਿਹੜੇ ਇਲਾਕੇ ਲੱਗਦੇ ਹਨ, ਉੱਥੇ ਰੇਪ ਸੀਡ ਦੀ ਪੈਦਾਵਾਰ ਕੀਤੀ ਜਾਂਦੀ ਸੀ। ਉਸ ਤੋਂ ਬਾਅਦ ਇਹ ਸਾਰੇ ਦੇਸ਼ ਦੇ ਵਿੱਚ ਇਸਦੀ ਪੈਦਾਵਾਰ ਹੋਣ ਲੱਗੀ। ਸੋ ਦੋਸਤੋ, ਇਹ ਸੀ ਛੋਟਾ ਜਿਹਾ ਡਿਫਰੈਂਸ ਰੇਪ ਸੀਡ ਅਤੇ ਮਸਟਰਡ ਦੇ ਵਿਚਕਾਰ। ਹੁਣ ਗੱਲ ਕਰਦੇ ਹਾਂ ਕਨੋਲਾ ਦੇ ਬਾਰੇ। ਦੋਸਤੋ, ਜਿਹੜਾ ਕਨੋਲਾ ਗਾ, ਇਹ ਅਸਲ ਦੇ ਵਿੱਚ ਕੈਨੇਡਾ ਦੀ ਰੇਪ ਸੀਡ ਐਸੋਸੀਏਸ਼ਨ ਦਾ ਇੱਕ ਟ੍ਰੇਡਮਾਰਕ ਹੈ। ਇਹ ਦੋ ਸ਼ਬਦਾਂ ਨੂੰ ਜੁੜ ਕੇ ਬਣਿਆਗਾ, ਕੈਨ ਪਲੱਸ ਓਲਾ। ਇੱਥੇ ਕੈਨ ਦਾ ਮਤਲਬ ਹੈ ਕੈਨੇਡਾ, ਅਤੇ ਓਲਾ ਦਾ ਮਤਲਬ ਹੈ ਉਹ ਆਇਲ ਜਿਸ ਦੇ ਵਿੱਚ ਐਸਿਡ ਦੀ ਮਾਤਰਾ ਘੱਟ ਹੈ। ਜਿਹੜਾ ਇੱਥੇ ਐਸਿਡ ਦੀ ਮਾਤਰਾ ਘੱਟ ਹੈ ਦੋਸਤੋ, ਉਸਦਾ ਨਾਮ ਹੈ ਇਰੂਸਿਕ ਐਸਿਡ। ਕਨੋਲਾ ਦੀ ਪਹਿਚਾਣ ਹੀ ਇਸ ਐਸਿਡ ਕਰਕੇ ਹੈਗਾ, ਜਿਸ ਦੇ ਵਿੱਚ 2% ਤੋਂ ਘੱਟ ਇਰੂਸਿਕ ਐਸਿਡ ਮੌਜੂਦ ਹੁੰਦਾ ਹੈ। ਦੋਸਤੋ, ਜਿਹੜੀਆਂ ਫਸਲਾਂ ਦੇ ਵਿੱਚ, ਤੇਲ ਬੀਜ ਫਸਲਾਂ ਦੇ ਵਿੱਚ ਇਰੂਸਿਕ ਐਸਿਡ ਦੀ ਮਾਤਰਾ ਜ਼ਿਆਦਾ ਹੋਵੇ, ਉਹ ਮਨੁੱਖ ਦੇ ਲਈ ਹਾਨੀਕਾਰਕ ਹਨ। ਕਿਉਂ ਹਾਨੀਕਾਰਕ ਹਨ, ਉਸਦੇ ਬਾਰੇ ਗੱਲ ਕਰੀਏ ਤਾਂ ਦੋਸਤੋ, ਜਿਹੜਾ ਇਰੂਸਿਕ ਐਸਿਡ ਹੈ, ਇਹ ਅਸਲ ਦੇ ਵਿੱਚ ਇੱਕ ਮੋਨੋਸੈਚੂਰੇਟਡ ਓਮੇਗਾ 9 ਫੈਟੀ ਐਸਿਡ ਹੈ, ਜੋ ਕਿ ਆਪਣੇ ਸਰੀਰ ਦੇ ਵਿੱਚ ਜਿਹੜੀਆਂ ਨਾੜੀਆਂ ਖੂਨ ਦੀ ਸਪਲਾਈ ਦਾ ਕੰਮ ਕਰਦੀਆਂ ਹਨ, ਆਕਸੀਜਨ ਦੀ ਸਪਲਾਈ ਦਾ ਕੰਮ ਕਰਦੀਆਂ ਹਨ, ਉਹਨਾਂ ਦੇ ਵਿੱਚ ਸੋਜ ਪੈਦਾ ਕਰਦਾ ਗਾ ਜੇਕਰ ਇਰੂਸਿਕ ਐਸਿਡ ਦੀ ਮਾਤਰਾ ਤੇਲ ਦੇ ਵਿੱਚ 2% ਤੋਂ ਜ਼ਿਆਦਾ ਹੋਵੇ। ਤਾਂ ਦੋਸਤੋ, ਜਿਹੜੀ ਕਨੋਲਾ ਵਰਾਇਟੀ ਹੈ, ਉਸਦੇ ਵਿੱਚ ਇਸਦੀ ਮਾਤਰਾ ਘੱਟ ਹੋਣ ਕਰਕੇ ਇਹ ਕਨੋਲਾ ਵਰਾਇਟੀ ਨੂੰ ਜਿਹੜਾ ਤੇਲ ਤਿਆਰ ਹੁੰਦਾ, ਉਹ ਮਨੁੱਖ ਦੇ ਲਈ ਫਾਇਦੇਮੰਦ ਹੁੰਦਾ। ਉੱਥੇ ਦੋਸਤੋ, ਅਜਿਹੀਆਂ ਵਰਾਇਟੀਆਂ ਤੋਂ ਜਦੋਂ ਆਪਾਂ ਤੇਲ ਕੱਢਣ ਤੋਂ ਬਾਅਦ ਖਲ ਤਿਆਰ ਕਰਦੇ ਹਾਂ, ਤਾਂ ਜਿਹੜੀ ਕਨੋਲਾ ਵਰਾਇਟੀ ਤੋਂ ਜਿਹੜੀ ਖਲ ਤਿਆਰ ਹੋ ਰਹੀ ਹੈ, ਉਸਦੇ 1 ਗ੍ਰਾਮ ਖਲ ਦੇ ਵਿੱਚ ਗਲੂਕੋਸਿਨੋਲੇਟ 30 μM ਤੋਂ ਘੱਟ ਹੁੰਦੇ ਹਨ। ਹੁਣ ਦੋਸਤੋ, ਜਿਹੜਾ ਗਲੂਕੋਸਿਨੋਲੇਟ ਹੈ, ਇਹ ਉਹ ਕੌੜੇ ਤੱਤ ਹਨ ਖਲ ਦੇ ਵਿਚਕਾਰ, ਜੋ ਇੱਕ ਪਲਾਂਟ ਨੂੰ ਪਲਾਂਟ ਦੇ ਵਿੱਚ ਉਦੋਂ ਮੌਜੂਦ ਹੁੰਦੇ ਹਨ ਜਦੋਂ ਉਸਦੇ ਉੱਪਰ ਸੱਟ ਲੱਗਦੀ ਹੈ, ਤਾਂ ਕਿ ਉਸ ਪੌਦੇ ਨੂੰ ਬਿਮਾਰੀਆਂ ਜਾਂ ਪੈਸਟ ਤੋਂ ਬਚਾਇਆ ਜਾ ਸਕੇ। ਤਾਂ ਇਹ ਉਹਨਾਂ ਦੇ ਭੋਜਨ ਜਾਨਵਰਾਂ ਦੇ ਲਈ ਆਪਾਂ ਜਿਹੜੀ ਖਲ ਬਣਾਈ ਹੈ, ਉਹਦੇ ਵਿੱਚ ਵੀ ਚਲੇ ਜਾਂਦੇ ਹਨ। ਜੇਕਰ ਇਸ ਦੀ ਮਾਤਰਾ 30 μM ਤੋਂ ਜ਼ਿਆਦਾ ਹੋਵੇ, ਤਾਂ ਇਹ ਜਾਨਵਰਾਂ ਦੇ ਲਈ ਹਾਨੀਕਾਰਕ ਹੋ ਜਾਂਦੇ ਹਨ। ਕਿਉਂ ਹਾਨੀਕਾਰਕ ਹੁੰਦੇ ਹਨ? ਤਾਂ ਇਹ ਤਿੰਨ ਰੀਜ਼ਨ ਹਨ। ਤਾਂ ਜਿਹੜਾ ਪਹਿਲਾ ਰੀਜ਼ਨ ਹੈ ਦੋਸਤੋ, ਉਹ ਹੈਗਾ ਉਹ ਪਸ਼ੂਆਂ ਦੇ ਭੋਜਨ ਵਿੱਚ ਜਾ ਕੇ ਉਹਨਾਂ ਨੂੰ ਭੁੱਖ ਘੱਟ ਲੱਗਣ ਲਾਉਂਦੇ ਹਨ। ਦੂਜਾ ਰੀਜ਼ਨ ਹੈਗਾ, ਇਹ ਥਾਇਰਾਇਡ ਦੀਆਂ ਬਿਮਾਰੀਆਂ ਪੈਦਾ ਕਰਦੇ ਹਨ। ਅਤੇ ਚੌਥਾ ਹੈਗਾ ਰੀਪ੍ਰੋਡਕਸ਼ਨ, ਯਾਨੀ ਕਿ ਦੁੱਧ ਲੈਣ ਦੀ ਸਮਰੱਥਾ ਪਸ਼ੂਆਂ ਦੇ ਵਿੱਚ ਉਸ ਨੂੰ ਘਟਾ ਦਿੰਦੇ ਹਨ। ਤਾਂ ਇਹ 3 ਰੀਜ਼ਨਾਂ ਕਰਕੇ ਪਸ਼ੂਆਂ ਨੂੰ ਅਜਿਹੀ ਵਰਾਇਟੀ ਦੀ ਖਲ ਦਿੱਤੀ ਮਾੜੀ ਹੈ, ਜਿਸ ਦੇ ਵਿੱਚ ਗਲੂਕੋਸਿਨੋਲੇਟ ਦੀ ਮਾਤਰਾ 30 μM ਤੋਂ ਜ਼ਿਆਦਾ ਹੁੰਦੀ ਹੈ, ਪਰ ਆਪਣੀ ਕਨੋਲਾ ਦੇ ਵਿੱਚ ਇਸ ਦੀ ਮਾਤਰਾ 30 μM ਤੋਂ ਘੱਟ ਹੈ।
ਸੋ ਇਹ ਇਸ ਰੀਜ਼ਨ ਕਰਕੇ ਆਪਣੀ ਜਿਹੜੀ ਕਨੂਲਾ ਵਰਾਇਟੀ ਹੈ ਉਸਦਾ ਤੇਲ ਉਸਦੀ ਖਲ ਪਸ਼ੂਆਂ ਅਤੇ ਆਪਣੇ ਮਨੁੱਖ ਦੇ ਲਈ ਸਹੀ ਹੈ। ਇਸ ਕਰਕੇ ਆਪਾਂ ਕਨੂਲਾ ਵਰਾਇਟੀਆਂ ਨੂੰ ਵਰਤ ਸਕਦੇ ਹਾਂ। ਇਸ ਦੇ ਵਿੱਚ ਹੁਣ ਦੋਸਤੋ ਗੱਲ ਕਰੀ ਕਿਹੜੀਆਂ ਵਰਾਇਟੀਆਂ ਕਿਹੜੀ ਫਸਲ ਕਨੂਲਾ ਦੇ ਵਿੱਚ ਆਉਂਦੀ ਹੈ, ਜਿਵੇਂ ਮੈਂ ਤੁਹਾਨੂੰ ਵੀਡੀਓ ਦੀ ਸਟਾਰਟਿੰਗ ਵਿੱਚ ਦੱਸਿਆ ਸੀ ਰੇਪ ਸੀਡ ਅਤੇ ਮਸਟਰਡ। ਤਾਂ ਜਿਹੜੀਆਂ ਦੋਸਤੋ ਰੇਪ ਸੀਡ ਦੇ ਅੰਡਰ ਆਪਣੀ ਗੋਭੀ ਸਰੋਂ ਸੀ ਉਹ ਉਹਨਾਂ ਦੇ ਉਸਦੀਆਂ ਕੁਝ ਵਰਾਇਟੀਆਂ ਹਨ ਆਪਣੇ ਕੋਲ, ਅਤੇ ਮਸਟਰਡ ਦੇ ਵਿੱਚ ਰਾਇਆ ਉਸਦੀਆਂ ਕੁਝ ਵਰਾਇਟੀਆਂ ਕਨੂਲਾ ਵਰਾਇਟੀਆਂ ਕਵਾਉਂਦੀਆਂ ਹਨ। ਹੁਣ ਉਹ ਵਰਾਇਟੀਆਂ ਕਿਹੜੀਆਂ ਹਨ ਉਸਦੇ ਬਾਰੇ ਗੱਲ ਕਰੀਏ ਤਾਂ ਰੇਪ ਸੀਡ ਦੇ ਵਿੱਚ ਜਿਹੜੀ ਗੋਭੀ ਸਰਸੋਂ ਹੈ ਉਸਦੀਆਂ ਕੁਝ ਵਰਾਇਟੀਆਂ GSC 7, GSC 6 ਅਤੇ ਕੁਝ ਹਾਈਬ੍ਰਿਡ PGSH 1707 ਅਤੇ ਹਾਇਓਲਾ PAC 401 ਇਹ ਵਰਾਇਟੀਆਂ ਗੋਭੀ ਸਰੋਂ ਦੀਆਂ ਵਰਾਇਟੀਆਂ ਹਨ ਜੋ ਕਿ ਕਨੂਲਾ ਵਰਾਇਟੀਆਂ ਦੇ ਅੰਡਰ ਆਉਂਦੀਆਂ ਹਨ। ਉੱਥੇ ਰਾਇਆ ਵਰਾਇਟੀ ਰਾਇਆ ਫਸਲ ਦੀਆਂ RCH 1 ਅਤੇ RLC 3 ਇਹ ਦੋ ਵਰਾਇਟੀਆਂ ਕਨੂਲਾ ਵਰਾਇਟੀਆਂ ਵਿੱਚ ਆਉਂਦੀਆਂ ਹਨ। ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਹੀ। ਇਹ ਜਾਣਕਾਰੀ ਤੁਹਾਨੂੰ ਕਿੱਦਾਂ ਲੱਗੀ ਕਮੈਂਟ ਵਿੱਚ ਜ਼ਰੂਰ ਦੱਸਿਓ। ਇਸ ਦੇ ਉੱਪਰ ਥੋੜ੍ਹੀ ਜਿਹੀ ਜ਼ਿਆਦਾ ਰਿਸਰਚ ਲੱਗੀ ਹੈ, ਸੋ ਦੋਸਤੋ ਇਹ ਰਿਸਰਚ ਨੇ ਤੁਹਾਨੂੰ ਕੁਝ ਵੀ ਫਾਇਦਾ ਪਹੁੰਚਾਇਆ ਹੋਵੇ ਤਾਂ ਕਮੈਂਟ ਵਿੱਚ ਜ਼ਰੂਰ ਦੱਸਣਾ। ਆਪਣਾ ਪਿਆਰ ਦਿਖਾਉਣ ਲਈ ਵੱਧ ਤੋਂ ਵੱਧ ਲਾਈਕ ਕਰਿਓ, ਅਤੇ ਦੋਸਤੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਸਬਸਕ੍ਰਾਈਬ ਕਰੋ। ਜੇਕਰ ਤੁਸੀਂ ਫੇਸਬੁੱਕ ਉੱਪਰ ਆਪਣੀਆਂ ਵੀਡੀਓ ਦੇਖ ਰਹੇ ਹੋ ਤਾਂ ਪੇਜ ਖੇਤੀਗੜ੍ਹ ਨੂੰ ਜ਼ਰੂਰ ਲਾਈਕ ਕਰੋ। ਸੋ ਦੋਸਤੋ ਅੱਜ ਦੀ ਵੀਡੀਓ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਜਲਦ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ।